पंजाबी गायक ते अदाकार हरभजन मान शहीदां दे सरताज गुरु अर्जन देव जी दे शहीदी दिहाड़े उत्ते सचखंड श्री हरिमंदर साहिब दे विच नतमस्तक होने लई पहुंचे। इस मौके उन्होंने कहा कि वह हाल ही विच विदेश तो परते ने ते उन्हां दे मन की हर समय इच्छा हुंदी है कि वह श्री हरिमंदर साहिब विच नतमस्तक होन। उन्होंने दस्सिया कि इस साल उन्हां दी एक फिल्म छेती ही रिलीज़ होगी, इस तों इलावा उन्हां दी एक होर फिल्म अते गाणियां दी एल्बम भी इसे साल रिलीज़ की जाएगी। ਇਦਾਂ ਦੇ ਸਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਇੱਕ ਸ਼ਰਧਾਵਾਨ ਵਜੋਂ ਇੱਥੇ ਮੱਥਾ ਟੇਕਣ ਆਇਆ ਜੀ, ਔਰ ਬਹੁਤ ਚੰਗਾ ਲੱਗਿਆ ਕਿਉਂਕਿ ਕੁਛ ਦਿਨ ਪਹਿਲਾਂ ਮੈਂ ਬਾਹਰੋਂ ਆਇਆ ਸੀ ਔਰ ਆਉਣ ਸਰ ਮਨ 'ਚ ਇੱਛਾ ਹੁੰਦੀ ਹੈ ਕਿ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਈਏ ਜੀ। ਸੋ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਜਿੱਥੇ ਪਹੁੰਚ ਸਕੇ ਹਾਂ ਜੀ, ਬਹੁਤ ਚੰਗਾ ਲੱਗਿਆ। ਫਿਲਮ ਮੈਂ ਹੁਣੇ ਇੱਕ ਕੰਪਲੀਟ ਕੀਤੀ ਹੈ ਜੀ, ਉਸਦਾ ਨਾਂ ਹੈ ਗਦਾਰ ਔਰ ਅਮਤੋਜ ਮਾਨ ਹੋਰਾਂ ਨੇ ਉਹ ਡਾਇਰੈਕਟ ਕੀਤੀ ਹੈ। ਅਕਤੂਬਰ ਨਵੰਬਰ ਮਹੀਨੇ ਉਹ ਹੋਏਗੀ ਜੀ ਰਿਲੀਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।